ਜ਼ਿਲ੍ਹਾ ਬਰਨਾਲਾ ਦੇ ਪਿੰਡ ਉੱਗੋਕੇ ਵਿੱਚ ਇੱਕ ਨਸ਼ੇੜੀ ਵਿਅਕਤੀ ਨੇ ਆਪਣੀ ਪਤਨੀ ਦੇ ਸਿਰ 'ਤੇ ਵਾਰ ਕਰਕੇ ਉਸਦਾ ਕਤਲ ਕਰ ਦਿੱਤਾ। ਇਸ ਮੌਕੇ ਨਸ਼ੇੜੀ ਨੇ ਮਾਰਨ ਦੇ ਇਰਾਦੇ ਨਾਲ ਆਪਣੇ ਪੁੱਤਰ 'ਤੇ ਵੀ ਜਾਨਲੇਵਾ ਹਮਲਾ ਕਰਕੇ ਉਸਨੂੰ ਜ਼ਖਮੀ ਕਰ ਦਿੱਤਾ। ਜ਼ਿਲ੍ਹਾ ਬਰਨਾਲਾ ਦੇ ਉੱਗੋਕੇ ਪਿੰਡ ਵਿੱਚ ਸੈਂਬਰ ਸਿੰਘ ਨਾਮੀ ਵਿਅਕਤੀ ਨੇ ਆਪਣੀ ਪਤਨੀ ਮਨਦੀਪ ਕੌਰ ਦੇ ਸਿਰ 'ਤੇ ਵਾਰ ਕਰਕੇ ਉਸਦਾ ਕਤਲ ਕਰ ਦਿੱਤਾ। ਮ੍ਰਿਤਕ ਔਰਤ ਦੇ ਭਰਾ ਪਰਮਜੀਤ ਸਿੰਘ ਨੇ ਦੱਸਿਆ ਕਿ ਉਸਦੀ ਭੈਣ ਦੇ ਵਿਆਹ ਨੂੰ 23 ਸਾਲ ਹੋ ਚੁੱਕੇ ਹਨ, ਪਰ ਉਸਦਾ ਪਤੀ ਨਸ਼ੇ ਦਾ ਆਦੀ ਹੈ। ਉਸਦਾ ਕਹਿਣਾ ਸੀ ਕਿ ਸੈਂਬਰ ਸਿੰਘ ਦੇ ਪਿੰਡ ਵਿੱਚ ਕਿਸੇ ਹੋਰ ਔਰਤ ਨਾਲ ਵੀ ਨਜਾਇਜ਼ ਸੰਬੰਧ ਸਨ, ਜਿਸ ਨੂੰ ਲੈ ਕੇ ਉਸਦੀ ਪਤਨੀ ਅਤੇ ਪੁੱਤਰ ਇਤਰਾਜ਼ ਕਰਦੇ ਸਨ। ਹਾਂਜੀ, ਮੇਰੀ ਵੱਡੀ ਭੈਣ ਇਹ ਸਭ ਨਜਾਇਜ਼ ਸੰਬੰਧਾਂ ਦੇ ਕਾਰਨ ਹੋਇਆ ਜੀ। ਇਹ ਸਰ ਇੱਕ ਗੁਆਂਢ 'ਚ ਇਹਨਾਂ ਦੀ ਜਨਾਨੀ ਆਈ, ਉਹ ਜਨਾਨੀ ਨੇ ਅੱਜ ਤੋਂ ਤਕਰੀਬਨ 2 ਸਾਲ ਪਹਿਲਾਂ ਵੀ ਉਹਨੂੰ ਲੈ ਕੇ ਭੱਜ ਗਏ, ਸਾਲ ਬਾਹਰ ਰਿਹਾ ਹੈਗਾ। ਉਸ ਵੇਲੇ ਵੀ ਮੇਰੇ ਭੈਣ ਅਤੇ ਮੇਰੇ ਭਾਣਜੇ 'ਤੇ ਇਹਨੇ ਝੂਠਾ ਵਰਤਾ ਕਰਤਾ ਸੀ ਵੀ ਮੇਰੀ ਬਾਂਹ ਤੋੜਦੀ ਡਿੱਗੀ, ਜਿਵੇਂ ਕਿ ਬਾਂਹ ਉਹਦੀ ਆਪਣੇ ਆਪ ਡਿੱਗ ਕੇ ਟੁੱਟੀ ਸੀਗੀ। ਅਤੇ ਹੁਣ ਕੀ ਦੱਸੀ, ਇਹ ਤਾਂ ਥਾਂ ਅਸੀਂ ਪਤਾ ਨਹੀਂ ਕਿੰਨੇ ਕੁ ਜਨਾਨੇ ਨਜਾਇਜ਼ ਸਮਾਉਂਦਾ ਨਹੀਂ, ਸਾਨੂੰ ਕੋਈ ਪਤਾ ਨਹੀਂ ਗਾ। ਨਸ਼ਾ ਵੀ ਕਰਦਾ ਸੀ? ਨਸ਼ਾ ਵੀ ਕਰਦਾ ਸੀ, ਨਸ਼ਾ ਕੋਈ ਨਸ਼ਾ ਨਹੀਂ ਛੱਡਦਾ, ਤਕਰੀਬਨ ਭੁੱਕੀ ਵੇਚਦਾ ਵੀ ਆ। ਹਾਂਜੀ, ਨਜਾਇਜ਼ ਸਮਾਉਂਦਾ ਸਰ, ਕਿਸੇ ਕਤਲ ਹੋਇਆ ਜੀ, ਉਹ ਜਨਾਨੀ ਨੇ ਕਤਲ ਕਰਵਾਇਆ ਜੀ। ਪੁਲਿਸ ਜਾਂਚ ਅਧਿਕਾਰੀ ਥਾਣਾ ਸੈਣਾ ਦੇ SHO ਸਰਦਾਰਾ ਸਿੰਘ ਦਾ ਕਹਿਣਾ ਸੀ ਕਿ ਨਸ਼ੇੜੀ ਸੈਂਬਰ ਸਿੰਘ ਨੇ ਆਪਣੀ ਪਤਨੀ ਅਤੇ ਪੁੱਤਰ 'ਤੇ ਜਾਨਲੇਵਾ ਹਮਲਾ ਕੀਤਾ, ਜਿਸ ਵਿੱਚ ਉਸਦੀ ਪਤਨੀ ਮਨਦੀਪ ਕੌਰ ਦੀ ਮੌਤ ਹੋ ਗਈ ਅਤੇ ਉਸਦਾ ਪੁੱਤਰ ਜ਼ਖਮੀ ਹੋ ਗਿਆ। ਉਹਨਾਂ ਦੱਸਿਆ ਕਿ ਕਾਤਲ ਦੋਸ਼ੀ ਵਿਰੁੱਧ ਮੁਕੱਦਮਾ ਦਰਜ ਕਰਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ। ਗੁੱਗੇ ਦੇ ਰਹਿਣ ਵਾਲੀ ਸੀ ਮਨਦੀਪ ਕੌਰ ਉਰਫ ਕਰਮੋ, ਪਤਨੀ ਸੈਂਬਰ ਸਿੰਘ, ਕਰਮੋ ਪਤੀ ਉੱਗੋਕੇ। ਇਹਦੇ 4 ਬੱਚੇ ਸੀਗੇ, ਵੱਡਾ ਲੜਕਾ ਸੁਖਵੀਰ ਸਿੰਘ ਉਰਫ ਲਖਵੀਰ ਸਿੰਘ ਅਤੇ 3 ਬੇਟੀਆਂ ਛੋਟੀਆਂ ਨੇ। ਇਹਦੇ ਘਰ ਵਾਲਾ ਦਾ ਆਪਣੀ ਘਰੇਲੂ ਝਗੜਾ ਰਹਿੰਦਾ ਸੀ ਘਰਵਾਲੀ ਨਾਲ। ਕੱਲ੍ਹ ਸ਼ਾਮ ਨੂੰ 8:15 ਵਜੇ ਸੁਖਵੀਰ ਸਿੰਘ ਅਤੇ ਅਮਨਦੀਪ ਸਿੰਘ ਇਹਨਾਂ ਦਾ ਗੁਆਂਢੀ, ਇਹ ਬਰਾਂਡੇ 'ਚ ਖੜ੍ਹੇ ਗੱਲਾਂ ਕਰੀ ਜਾਂਦੇ ਸੀਗੇ। ਮਨਦੀਪ ਕੌਰ ਜਿਹੜੀ ਸੀਗੀ ਇਹ ਮੰਜੇ 'ਤੇ ਵਿਹੜੇ ਵਿੱਚ ਬੈਠੀ ਸੀ, ਤਾਂ ਸੈਬਰ ਸਿੰਘ ਹੱਥ 'ਚ ਬਾਲਾ ਲੈ ਕੇ ਘਰ ਦੇ ਅੰਦਰ ਆਇਆ, ਜਿਹਨੇ ਇਹਦੇ ਸਿਰ ਵਿੱਚ ਮਨਦੀਪ ਕੌਰ ਦੇ ਸਿੱਧਾ ਬਾਲਾ ਮਾਰਿਆ, ਜੋ ਮੰਜੇ ਤੋਂ ਡਿੱਗ ਪਈ। ਇਹਦਾ ਮੁੰਡਾ ਜਿਹੜਾ ਸੁਖਵੀਰ ਸਿੰਘ ਭੱਜ ਕੇ ਹਟਾਉਣ ਲੱਗਿਆ, ਤਾਂ ਸੈਬਰ ਸਿੰਘ ਨੇ ਇੱਕ ਬਾਲਾ ਸੁਖਵੀਰ ਸਿੰਘ ਦੇ ਮੱਥੇ ਵਿੱਚ ਮਾਰਿਆ, ਜੋ ਵੀ ਜ਼ਖਮੀ ਹੋ ਕੇ ਡਿੱਗ ਪਿਆ ਉਹਨੇ ਰੌਲਾ ਪਾਇਆ, ਅਮਨਦੀਪ ਨੇ ਰੌਲਾ ਪਾਇਆ, ਤਾਂ ਜਿਹੜਾ ਸੈਬਰ ਸਿੰਘ ਸੀਗਾ ਸਮੇਤ ਬਾਲੇ ਦੇ ਮੌਕੇ ਤੋਂ ਭੱਜ ਗਿਆ। ਅਤੇ ਉੱਥੇ ਮੌਕੇ 'ਤੇ ਇਹਦਾ ਜਿਹੜਾ ਸੁਖਵੀਰ ਸਿੰਘ ਦਾ ਨਾਨਾ ਨਾਜਰ ਸਿੰਘ ਵਾਸੀ ਖੁੱਡੀ ਕਲਾਂ, ਉਹ ਵੀ ਆ ਗਿਆ ਸੀਗਾ। ਇਹਨਾਂ ਨੇ ਫਿਰ ਗੱਡੀ ਦਾ ਇੰਤਜ਼ਾਮ ਕਰਕੇ ਇਹਨਾਂ ਨੂੰ ਸਿਵਲ ਹਸਪਤਾਲ ਤਬਾਹ ਲੈ ਗਏ। ਬਰਨਾਲਾ ਤੋਂ ਪ੍ਰਦੀਪ ਕੁਮਾਰ ਦੀ ਰਿਪੋਰਟ।